अस्सलाम वालेकुम जी नाज़रीन। पहला इलाका दुबई दे विच जिहड़ा दुबई लग ही नहीं रहा, मैं तुहानूं दिखाउणा हुणे। तुहानूं इंज लगना असीं ना लाहौर लारीएड दी बैक साइड ते खलोते किते। मेरे नाल तारक महमूद साहब ने, साडे बड़े अच्छे दोस्त। सर की हाल चाल जी? अलहमदुलिल्लाह ठीक ठाक। अच्छा, इन्हां दा ना सलोन आ, सलोन है इन्हां दा, और इन्होंने रिक्वेस्ट की है जी कि इन्हां दा इफ्तिताह कितने दा तुहाडा? तीन दिन बाद इफ्तिताह वा, ते तुसीं काम ते शुरू कर लिया? नहीं, बस वो ते सिर्फ चेकिंग कर रहे हैं कि औजार चल रहे हैं। मुंडिया दे हाथ सीधे पत्रे करा रहे हैं, जेड़ा कोई वादा घाटा होवे हुणे ही हो जावे। जी जी बिल्कुल ठीक है ना। हजारां दी रनिंग पूरी कर रहे हैं तुसीं? हाँ जी हाँ जी। ते मेरे शहर दे ने, मैं मुल्तान दा, ते तारक महमूद साहब खानेवाल दे ने, ते कोई एड्डा फर्क नहीं गाइदे जी। मैं अपना मुल्तान ही है, हुण शिफ्ट होया हां। हाँ वही ना, मुल्तान दे ने ते मेरे शहर दे ने। पंज नूं जनाब जी जिहड़े इत्थे दे लोक, इह इलाका किहड़ा? अलकूज इंडस्ट्रियल 4 ਮਾਡਰਨ ਬੈਕਰੀ ਦਾ ਕੈਂਪ ਦੇ ਨਾਲ, ਜਿਹੜੇ ਅਲਕੂਜ ਦੇ ਲਾਗੇ ਜਾਂ ਇੱਥੋਂ ਲਾਗੇ ਨੇ ਨਾ, ਉਹ ਜਨਾਬ ਜੀ 5 ਤਰੀਕ ਨੂੰ ਕਿੰਨੇ ਵਜੇ ਆਪਾਂ ਆ ਜਾਈਏ? ਕਿੰਨੇ ਵਜੇ ਇਫਤਤਾਹ ਕਰੀਏ ਆਪਾਂ? 5-6 ਵਜੇ ਠੀਕ ਹੈ? ਮੈਨੂੰ ਸ਼ਾਮ ਨੂੰ ਜੀ ਜੀ 6-7 ਵਜੇ ਕਰਦੇ ਆ। 7 ਵਜੇ ਠੀਕ, 7 ਵਜੇ ਪੂਰੇ 7 ਵਜੇ ਨੇ, 7 ਵਜੇ ਭਾਅ ਨੇ ਕਈ ਕੰਮਾਂ ਤੋਂ ਨਹੀਂ ਵਿਚਾਰੇ ਹੁੰਦੇ। 8 ਵਜੇ ਕਰ ਲਓ। 8 ਵਜੇ ਕਰਦੇ ਆ ਠੀਕ ਹੈ ਜੀ। ਅਸੀਂ 8 ਤੋਂ ਲੈ ਕੇ ਨਾ 8, 9, 10 ਇੱਥੇ ਹੀ ਹੋਵਾਂਗੇ। ਤੁਸੀਂ 9 ਵਜੇ ਵੀ ਆਉਣਾ ਹੋਵੇ, 9:30 ਵੀ ਆਉਣਾ ਹੋਵੇ, ਤੁਸੀਂ ਆ ਜਾਣਾ 5 ਤਰੀਕ ਨੂੰ ਸ਼ਾਮ ਨੂੰ 8 ਵਜੇ ਮਾਡਰਨ ਬੈਕਰੀ, ਰਾਤ ਨੂੰ 8 ਵਜੇ ਕਿੱਥੇ? ਇਹ ਮਾਡਰਨ ਬੈਕਰੀ ਦਾ ਕੈਂਪ ਹੈ। ਕਿਹੜੀ? ਇਹ ਦੇਖੋ ਨਾ, ਮਾਡਰਨ ਬੈਕਰੀ, ਮਾਡਰਨ ਬੈਕਰੀ। ਅੱਛਾ, ਮਾਡਰਨ ਬੈਕਰੀ ਕੈਂਪ ਦੇ ਨਾਲ, ਮਾਡਰਨ ਬੈਕਰੀ ਦੇ ਕੈਂਪ ਦੇ ਨਾਲ, ਇਹਦਾ ਕੀ ਨਾਮ ਆ? ਸਟਾਈਲਿਸ਼ ਜੈਂਟਸ ਸਲੋਨ। ਜੀ ਜੀ। ਤੁਸੀਂ ਮਸਾਜ ਵਗੈਰਾ ਵੀ ਕਰਦੇ ਹੋ? ਨਹੀਂ ਸਰ। ਤੁਸੀਂ ਹੱਸ ਕੇ, ਐਡਾ ਹੱਸ ਕੇ ਕੋਈ ਕਹਿ ਰਹੇ ਤੁਸੀਂ? ਮੈਂ ਹੱਸੇ ਕਿਉਂ ਤੁਸੀਂ? ਮਸਾਜ ਨਹੀਂ, ਉਹ ਮਸਾਜ ਤੋਂ ਮਰਾ ਦਿਓ ਜਿਹੜਾ ਇੱਕ ਪਿੱਛੋਂ ਦਬਾ, ਉਹ ਜੈਂਟਸ ਮਸਾਜ ਹੈ ਵੇ। ਭਾਈ ਜੈਂਟਸ ਦੀ ਗੱਲ ਕਰਦਾ ਕਿ ਜਾਨੀ ਜਿੱਦਾਂ ਬੈਠੇ ਨਹੀਂ ਹੁੰਦੇ ਜੀ ਜੀ, ਤੇ ਉਹ ਪਿੱਛੋਂ ਇੱਕ ਮੁੰਡਾ ਆ ਕੇ ਜ਼ਰਾ ਕੰਨੇ ਕੁੰਦੇ ਦਬਾ ਦਿੰਦਾ ਜੀ, ਉਹ ਤੇ ਉਹਨਾਂ ਦਾ ਫਿਤਰੀ ਮਤਲਬ ਕਿ ਸਾਡੇ ਕੰਮ ਦੇ ਵਿੱਚ ਸ਼ਾਮਲ ਹੁੰਦਾ ਨਾ, ਪਰ ਜਿਹੜੇ ਨੇ ਉਹ ਆਲਰੇਡੀ ਉਹਨਾਂ ਦੇ ਉਹਦੇ ਵਿੱਚ ਉਹਨਾਂ ਨੇ ਕਰਨਾ ਹੁੰਦਾ, ਉਹ ਤੇ ਕਰਦੇ ਹੋ ਨਾ? ਬਿਲਕੁਲ ਬਿਲਕੁਲ। ਤੇ ਤੁਸੀਂ ਕਿਹੜਾ ਸਮਝੇ ਸੀ ਜਿਹੜਾ ਤੁਸੀਂ ਹੱਸੇ? ਮੈਂ ਕਿਹਾ ਇੱਥੇ ਇੱਕ ਸਪੈਸ਼ਲ ਇੱਕ ਜਿਹੜਾ ਹੁੰਦਾ ਹੈ, ਉਹ ਨਹੀਂ ਤੁਸੀਂ ਕਰਦੇ, ਕਰਾਉਂਦੇ ਵੀ ਨਹੀਂ? ਨਹੀਂ ਨਾ, ਸਾਡਾ ਲਿੰਕ ਵੀ ਕੋਈ ਨਹੀਂ ਸਰ। ਚਲੋ ਠੀਕ, ਉਹ ਕੋਈ ਚੱਕਰ ਨਹੀਂ ਹੈਗਾ ਜੀ। ਸਰ ਅੰਦਰ ਜਾ, ਤੁਹਾਡੇ ਵਰਕਰ ਨੇ ਸਾਰੇ ਵਰਕਰ ਨੇ? ਆਓ ਜੀ ਨਾਜ਼ਰੀਨ, ਡੇਟ ਯਾਦ ਰੱਖਣਾ, 5 ਤਰੀਕ ਨੂੰ ਰਾਤ ਨੂੰ 8 ਵਜੇ ਜਿਹੜੇ ਜਿਹੜੇ ਮਾਡਰਨ ਬੈਕਰੀ ਦੇ ਲਾਗੇ ਹੈ, ਅਲਕੂਜ ਇੰਡਸਟਰੀਅਲ 4 4 ਨੰਬਰ ਅਲਕੂਜ, ਆ ਜਾਓ ਮਿੱਠੇ। ਸਲਾਮ ਅਲੈਕੁਮ ਭਾਈ, ਕੈਸੇ ਆਪ ਸਭ? ਆਪ ਵਰਕਰ ਹੈ ਯਹਾਂ ਪੇ? ਜੀ। ਕਿਆ ਕਰਤੇ ਹੈਂ? ਕਾਮ ਕਰਤਾ ਹੂੰ ਸਲੂਨ ਕਾ। ਸਲੂਨ ਕਾ ਜੀ। ਯੇ ਕਿਸ ਨੇ ਕਟਿੰਗ ਕੀ ਆਪਕੀ? ਓ ਭਾਈ ਨੇ। ਆਪ ਚੱਪ ਹੀ ਕਰਦੇ ਰਹਿੰਦੇ ਤੁਸੀਂ ਜੀ? ਇੱਕ ਦੂਜੇ ਦੀ ਕਟਿੰਗ ਕਿਹੜੀ ਕਰਦੇ ਸੀ? ਲੜਕੇ ਦੀ। ਲੜਕੇ ਦੀ? ਅੱਛਾ, ਫੀਮੇਲ ਦੀ ਵੀ ਕਰ ਲੈਣੇ? ਕਦੀ ਜ਼ਿੰਦਗੀ 'ਚ ਕੁੜੀ ਦੀ ਕਟਿੰਗ ਕੀਤੀ ਕਦੇ? ਨਹੀਂ ਕੀਤੀ ਹੈ ਜੀ, ਇਹਦਾ ਲੋ ਇੰਟਰਵਿਊ ਹੈ ਨਾ ਕੀਤੀ। ਉਰੇ ਆ ਯਾਰ, ਇਹ ਕੁੜੀਆਂ ਦੇ ਵੀ ਖੁਸਰਿਆਂ ਦੇ ਵੀ ਕਰਦਾ ਰਿਹਾ। ਅੱਛਾ ਜੀ, ਤੁਹਾਡਾ ਨਾਂ ਕੀ? ਬਿਸ਼ਾਰਤ ਗਿੱਲ। ਬਿਸ਼ਾਰਤ ਗਿੱਲ ਜੀ, ਕਿੱਥੋਂ ਦੇ ਤੁਸੀਂ? ਮੈਂ ਸਿਆਲਕੋਟ। ਤੂੰ ਵੀ ਸਿਆਲਕੋਟ ਦਾ ਜੀ? ਤੇ ਤੂੰ ਮਤਲਬ ਸਾਰੀਆਂ ਕਟਿੰਗਾਂ ਕੀਤੀਆਂ ਨੇ ਜੀ? ਹਰ ਕਿਸਮ ਦੀ ਕਟਿੰਗ ਕਰ ਲੈਣਾ ਜੀ? ਬਿਲਕੁਲ, ਛੋਟੇ ਵਾਲਾਂ ਦੀ, ਵੱਡੇ ਵਾਲਾਂ ਦੀ, ਮੈਂ ਕੰਨਾਂ ਦਰਮਿਆਨੇ ਵੀ ਹੋਣ, ਉਹ ਵੀ ਕੱਟ ਲੈ, ਸਾਰੇ ਵਾਲਾਂ ਦੀ ਕਟਿੰਗ ਕਰ ਲੈਣਾ। ਫੀਮੇਲ ਦੀ ਵੀ ਵਾਲ ਕੱਟ ਲੈਣਾ ਤੂੰ? ਜਾ ਜੇ ਤੈਨੂੰ ਜੀ। ਉਹ ਕਿੱਥੇ ਸਿੱਖਿਆ? ਉਹ ਵੀ ਪਾਕਿਸਤਾਨ 'ਚ ਹੀ ਸਿੱਖਿਆ। ਉੱਥੇ ਸਿਆਲਕੋਟ 'ਚ ਜੀ? ਉੱਥੇ ਤੂੰ ਕੁੜੀਆਂ ਦੇ ਵਾਲ ਵੀ ਕੱਟਦਾ ਸੀ? ਹਾਂਜੀ, ਕੱਟ ਲਈ ਦੇ। ਜੇਬਾਂ ਵੀ ਕੱਟ ਲੈਣਾ ਜ਼ਰੂਰ। ਅੱਛਾ, ਕਿਸ ਤਰ੍ਹਾਂ ਮੈਨੂੰ ਮੈਂ ਯਕੀਨ ਆਵੇ ਕਿ ਵੀ ਤੂੰ ਕਟਿੰਗ ਬੜੀ ਅੱਛੀ ਕਰ ਲੈਂਦਾ? ਅਸੀਂ ਬਹੁਤ, ਮੈਂ ਹੁਣੇ ਕਰਕੇ ਦੇ ਦੇ, ਮੇਰੀ ਤਾਂ ਹੋਈ ਅੱਗੇ ਹੀ ਬਹੁਤ। ਨਹੀਂ, ਫਿਰ ਇੱਕ ਵਾਰੀ ਕਰ ਦੇਣੀ। ਵਾਲ ਵਧਾਉਣੇ ਉਸਤਾਦ ਜੀ, ਪੀਪੇ 'ਚ ਸਿਰ ਦਵੋ ਆਪੀ, ਮਤਲਬ ਕਿੰਨੇ ਲਵੇ? ਕਿਹੜਾ ਪੀਪਾ? ਉਹ ਜਿਹੜਾ ਇੰਨਾ ਗੋਹਦਾ ਬੱਚੇ, ਬਾਸਕਿਟ ਪੀਪਾ ਹੋਰ ਹੁੰਦਾ ਪੀਪਾ, ਪੀਪਾ ਉਹ ਸਿਆਲਕੋਟ ਛੱਡ ਆਇਆ। ਲੇਕਿਨ ਉਸਤਾਦ ਜੀ, ਇਹਨਾਂ ਨੇ ਵੇਖੋ ਹਮਾਮ ਪਾਇਆ ਬਾਹਰ, ਨਾ ਤੋਲੀਏ ਟੰਗੇ, ਨਾ ਉੱਥੇ ਗੀਜ਼ਰ ਪਿਆ। ਨਹੀਂ, ਇੱਥੇ ਤੋਲੀਏ ਟੰਗੋ ਫਾਈਨ ਦਿੰਦੇ ਨੇ, ਪਾਕਿਸਤਾਨ ਨਹੀਂ ਹੈ। ਕਿੱਦਾਂ ਪਤਾ ਲੱਗਾ? ਅੰਦਰ ਰੱਖੀਦੇ ਨੇ ਯਾਰ। ਜ਼ਰੂਰੀ ਨਹੀਂ ਹੁੰਦਾ, ਜ਼ਰੂਰੀ ਨਹੀਂ ਹੁੰਦਾ ਵੀ ਜਿਹੜਾ ਬੰਦਾ ਜਿਹੜਾ ਕੰਮ ਕਰਦਾ ਵੇ ਉਹਨੇ ਚੀਜ਼ਾਂ ਬਾਹਰ ਟੰਗਣੀਆਂ ਨੇ, ਇਹ ਜ਼ਰੂਰੀ ਨਹੀਂ ਹੁੰਦਾ। ਨਹੀਂ ਨਾ, ਬਹੁਤ ਸਾਰੇ ਐਸੇ ਕੰਮ ਆ ਹੁਣ ਲੋਕੀ ਉਹ ਨਹੀਂ ਟੰਗ ਸਕਦੇ ਬਾਹਰ ਚੀਜ਼ਾਂ। ਮੈਨੂੰ ਪਤਾ ਸਰ ਜੀ। ਹਾਂਜੀ, ਡੰਗੀ ਕਰਕੇ ਕਿੱਦਾਂ ਇਹ ਪਤਾ ਕਿੱਦਾਂ ਰੱਖੇ? ਮੈਂ ਤੈਨੂੰ ਦੱਸਦਾ ਵਾਂ, ਇੱਕ ਮਿੰਟ ਜੀ ਜਾਣ ਦੇ, ਉਹ ਗੱਲ ਤੇ ਸੁਣ ਲਾ, ਉਹ ਗੱਲ ਤੇ ਸੁਣ ਲੈ ਇੱਕ ਮਿੰਟ ਮਿੱਠੇ, ਛੱਡ ਦੇ ਯਾਰ। ਮੈਂ ਸਿਰਫ ਟਰਾਈ ਕਰਨੀ ਆ ਜੀ, ਜਾਣ ਦਿਓ ਕੁਛ, ਮੈਂ ਸਿਰਫ ਛਾਲਕੀ ਜੀ ਟਰਾਈ ਕਰਨੀ ਆ ਬਸ। ਅੱਲਾ ਪੈਰ ਇਹਦੀ ਖਾਲੀ ਉਹ ਯਾਰ,
बेटा मैं तेरी कलम खराब कर दी, तू सारी जिंदगी लिख नहीं सकेगा। लो जी नाज़रीन यहाँ पे हम आएंगे कब, 5 तारीख को रात को 8 बजे परसों, ठीक है? ठीक है। परसों फिर असी ट्राई भी करा, मौला जट फिल्म देखी? नहीं जी। मौला जट फिल्म दे विच ना एक जगह ते सुल्तान रही ते मुस्तफा रशीद जो पहला सब तो पहला मिलाप होंदा ना टाकरा होंदा ते उहदी गड फसी हुंदी आ एक उहदे च ना टोए च गड फसी हुंदी ते उत्थे फिर जदों गड कढ देना ते उह एक दूजे दा तारफ करदे हुंदे, एक दूजे नूं लभदे हुंदे आ जी जी, लेकिन उहनां नूं पता नहीं हुंदा कि इही ओह बंदा जिहनूं मैं लभ रिहा, उहनूं वी नहीं पता हुंदा कि इही मेरा दुश्मण आ। ਸਹੀ ਉਹਨੂੰ ਕਹਿੰਦਾ ਲੈ ਫਿਰ ਕਹਿੰਦਾ ਹੁਣ ਤੈਨੂੰ ਮੈਂ ਫਲਾਂ ਤਰੀਕ ਨੂੰ ਮਿਲਾਂਗਾ, ਉਸ ਦਿਨ ਕਹਿੰਦਾ ਮੈਂ ਤੇਰਾ ਨਾਮ ਵੀ ਪੁੱਛਾਂਗਾ ਅਤੇ ਤੇਰੀ ਨਸਲ ਵੀ ਪੁੱਛਾਂਗਾ। ਠੀਕ ਆ, ਅਸੀਂ ਹੁਣ 5 ਤਰੀਕ ਨੂੰ ਆ ਕੇ ਤੇਰਾ ਨਾਮ ਵੀ ਪੁੱਛਾਂਗੇ ਅਤੇ ਤੇਰਾ ਕੰਮ ਵੀ ਦੇਖਾਂਗੇ ਵੀ ਤੂੰ ਕਿੱਦਾਂ ਕਰਦਾ। ਮੁਸ਼ਕਿਲ ਨਹੀਂ, ਠੀਕ ਹੋ ਗਿਆ ਬਸ। ਉਹ ਤੇਰੇ ਲੱਖ ਲਾਣਤ ਤੇਰੇ ਕੀ ਹੋਇਆ, ਉਹ ਲੱਖੀ ਜਾਣਦੇ ਸਾਰਿਆਂ ਦੇ ਤੇ ਇਹਦੇ ਨਾਲ ਇੰਜ ਹੀ ਹੁੰਦਾ ਫਿਰ ਬਰਾਬਰ ਤੇ ਨਹੀਂ ਯਾਰ। ਕੀ ਫੈਸਲ ਬਕਵਾਸ ਕਰਦਾ ਯਾਰ ਤੂੰ, ਇਹ ਕੀ ਕਰ ਲਿਆ ਜੀ ਤੁਸੀਂ, ਤੇ ਸੜਦੇ ਹੋ ਮੇਰੇ ਤੋਂ ਕਿ ਸੋਹਣਾ ਨਾ ਹੋ ਜਾਏ ਸਿਰਫ ਸੜਦੇ। ਉਹ ਯਾਰ ਖੁਦਾ ਦੀ ਕਸਮ ਇਸ ਬੰਦੇ ਦੇ ਕੰਮ ਚੈੱਕ ਕਰੋ, ਉਹ ਭਾਈ ਉਹ ਲੱਥ ਕੇ ਸਾਰੇ ਆ ਦੇਖ, ਉਹ ਐਵੇਂ ਲੱਥ ਕੇ ਉਸਤਾਦ ਜੀ ਆ ਵੇਖੋ ਬਰਾਬਰ ਤੇ, ਉਹ ਬਗੈਰਤ ਆਦਮੀ ਆ ਗਈ ਹੈ। ਇਹ ਪਹਿਲੇ ਦੇ ਸੀਗੇ, ਇਹ ਪਹਿਲੇ ਦੇ ਸੀਗੇ, ਮੈਂ ਜਦੋਂ ਮੈਂ ਘਰੋਂ ਆਇਆ ਨਾ ਉਦੋਂ ਦੇ ਸੀਗੇ। ਐ ਤੂੰ ਪਿੱਛੋਂ ਤੇਰਾ ਕਰੋ, ਪਿੱਛੋਂ ਕਰੋ ਇਧਰੋਂ ਤੇ ਠੀਕ ਹੈ ਨਾ, ਤੁਸੀਂ ਮੈਨੂੰ ਇਧਰੋਂ ਵੇਖੀ ਜਾਓ ਮਿਲੇਗਾ ਲੋਕਾਂ ਨੂੰ। ਯਾਰ ਕੀ ਇਹਨੇ ਬਗੈਰਤੀ ਕਰ ਲਈ ਹੈ, ਸਾਰੀ ਪਲੈਨਿੰਗ ਆ ਫ੍ਰੀ ਕਟਿੰਗ ਕਰਾਉਣ ਦੀ ਮੇਰੀ ਖਰਾਬ ਹੋ ਗਈ। ਆਪਾਂ ਇਹਨਾਂ ਦਾ ਕਰਨਾ ਯਾਰ ਹੈ ਉਸਤਾਦ ਜੀ, ਤੁਸੀਂ ਕਰੋ ਓਏ ਬੇਵਕੂਫਾ, ਇਹਦੇ ਸਾਰੇ ਔਲਾਦ ਤੇ ਸਾਰੇ ਦਿਮਾਗ ਖਰਾਬ ਕਰ ਦਿੱਤਾ। ਪਾਓ ਜੀ ਪੱਲੀ ਪਾਓ, ਆ ਪੱਲੀ ਪਾਣ ਲਈ ਸਹੀ ਤਰ੍ਹਾਂ ਕਟਿੰਗ ਕਰੋ ਜੇ ਕਰਨੀ ਹੈਗੀ ਹੈ। ਨਹੀਂ ਨਹੀਂ ਉਸਤਾਦ ਨੂੰ ਕਰ ਲੈਣ ਦੇ, ਇਸ ਲਾਂਤੀ ਨੇ ਕਟਿੰਗ ਕਰਾਉਣੀ ਸੀ, ਉਹਨੇ ਗੇੜੇ ਨਾਲ ਮਾੜਾ ਜਿਹਾ ਟੱਕ ਲਾ ਕੇ ਉਹਨੇ ਕਹਿਣਾ ਯਾਰ ਸਿੱਧਾ ਕਰਦੇ ਦੀ ਕਟਿੰਗ ਹੋ ਜਾਣੀ ਹੈ, ਬਸ ਇਹਦਾ ਕੰਮ ਸੀ। ਮੈਨੂੰ ਰੰਗ ਵੀ ਲਾਉਣਾ, ਮੈਨੂੰ ਕਹਿ ਇਹ ਮੌਲਾ ਨੇ ਲਾਉਣੇ, ਮੈਂ ਨਹੀਂ ਲਾਉਣੇ। ਉਸਤਾਦ ਜੀ ਉਹਨੂੰ ਜ਼ਰਾ ਫਿਸ਼ਲ ਵੀ ਕਰਦੇ ਜ਼ਰਾ, ਚਲੋ ਮਾੜਾ ਜਿਹਾ ਰੂਪ ਨਿਕਲ ਆਊਗਾ ਤੁਹਾਡਾ ਹੀ। ਯਾਰ ਮੈਂ ਕਰਦਾ ਫਿਸ਼ਲ, ਅੱਖਾਂ ਬੰਦ ਕਰ, ਮੈਂ ਕਰੀਮ ਲਾਉਣਾ ਨਾ ਇੱਧਰੋਂ, ਠਹਿਰਨਾ ਫਿਸ਼ਲ ਵਾਲੀ ਬਿੱਠੇ ਕਰੀਮ ਪੜ ਯਾਰ। ਓਏ ਕਰੀਮਾਂ ਦੇ ਚੱਕਰ 'ਚ ਨਿਕਲ ਗਈ ਹੈ ਗੱਲ, ਅੱਗੇ ਨਿਕਲ ਗਈ ਆ ਮਸਾਜ ਕਰੀਮਾਂ ਵਾਈਟਨਿੰਗ ਕਰੀਮ ਉਹਨਾਂ ਦੇ ਹੱਥੋਂ ਵਸੋਂ ਨਿਕਲ ਗਈ ਗੱਲ, ਅੱਗੇ ਨਿਕਲ ਗਈ ਕਿਤੇ ਬਲੀਚ ਵਾਲੀ ਸਾਈਡ 'ਤੇ ਚਲੀ ਗਈ, ਤਜ਼ਾਬ ਬਲੀਚ ਲੈਟਰੀਨ ਵਾਲਾ ਉਹ ਨੀਲਾ ਉਹ ਹਾਰ ਪਰ ਤੁਸੀਂ ਉਹਨੂੰ ਕਹਿ ਦੇਵੋ ਉਦਯੋਗ ਕਰ ਦੇਵੇ ਸਾਰਾ ਕੁਛ, ਕੀ ਸਾਰਾ ਕੁਛ ਕਰ ਦੇਵੇ ਜਿਹੜਾ ਉਹ ਨਹੀਂ ਲਾ ਕੇ। ਯਾਰ ਰੂੰ ਹੈਗਾ ਤੁਹਾਡੇ ਕੋਲ ਰੂੰ, ਉਹ ਕੀ ਕਰ ਕਾਟਨ ਉਹਦੇ ਨੱਕ 'ਚ ਦੇ ਦੋਵਾਂ ਸਾਈਡਾਂ 'ਤੇ ਅੰਗੂਠੇ ਥੱਲੇ, ਆਹੋ ਵੇਖਿਆ ਸਮਝਦਾਰ ਆ ਮੁੰਡਾ, ਉਹ ਅੱਗੇ ਕਰਦਾ ਰਿਹਾ ਇਹੀ ਕੰਮ। ਆਹੋ ਉਹ ਬਣਦੇ ਤੋਵੇਂ ਤਾਂ ਫਟਕੜੀ ਹੈ, ਫਟਕੜੀ ਵੀ ਹੈਗੀ ਅਤੇ ਉਹ ਮੁਸ਼ਕਫੂਰ ਸਾਰਾ ਕੁਝ ਹੀ ਹੈਗਾ। ਲਓ ਫੈਸਲ ਤਾਂ ਸਰ ਗਿਆ ਤੁਹਾਡਾ, ਜੀ ਮਿੱਠੇ ਨੂੰ ਪਰੇ ਭੇਜ ਦਿਓ। ਕਿੱਥੇ ਚੱਲਵਾਂ, ਸ਼ਾਦੇ ਚੱਲਵਾਂ ਮੈਂ, ਲਓ ਜੀ ਦੋਸਤਾਂ ਜੀ ਮੈਂ ਘਰ ਕਾਲ ਕੀਤੀ, ਕਹਿੰਦੇ ਇਜਾਜ਼ਤ ਸਾਡੇ ਲਵਾ ਲਓ, ਪੁੱਛ ਲਿਆ ਉਹਨਾਂ ਨੂੰ, ਹਾਂਜੀ ਕਹਿੰਦੇ ਕਰ ਦਿਓ ਜੋ ਮਰਦੀ ਦਾ। ਨਾ ਨਾ ਸ਼ਾਹ ਜੀ ਨੇ ਕੀ ਗੱਲ ਆ, ਸਿਰਫ ਮਸਾਜ ਦਾ ਕਿਹਾ ਤੁਹਾਨੂੰ।
ओके शेव नहीं करानी। अच्छा शेव नहीं करानी, तो मैं पूरे पिछले 15 मिनटा के उपर तो मैं मतलब के की ला रहा मैं कातो ला रहा अगर तू शेव नहीं करानी तो मैं कातो ला रहा चल सीधा होके बै यार ऐदा नहीं कराई दी भी मिनट बाद आओ तू आ देख ब्लेड बजा मेरे आ देखो ना आ देखो ब्लेड बजी पहला ब्लेड चूर उस्ताद जी ये पुराना दुकान है। हां जी बैठे यार की करदा होना यार तू इंज रख इने नहीं करना ने कदी ओ ठहर जा फड़ के रख ले तू बैठे ना उस्ताद जी नहीं है इधर आ उस्ताद जी ब्लेड उस्ताद जी जान दियो कुछ नु हासे दा पतासा बन जा ओ किसे ओ नहीं वैसे पैसे पतासा ही बने होया देखिया ओ ठहर जा ले ते मैं कीता कुछ टक लग जाना उस्ताद जी टक लग जाना अल्लाह हू अकबर अल्लाह हू देखिया ना आ टक लग गया अल्लाह हू अकबर अल्लाह हू अकबर ਇਹ ਪੈਰ ਤਾਂ ਫੜੋ ਯਾਰ ਤੁਸੀਂ ਵੀ ਇਹਨੇ ਜਿਹੜੇ ਦੇਖੀ ਜਾਂਦੇ ਪੈਰ ਫੜੋ ਉਹਦੇ ਯਾਰ ਇੱਕ ਮਿੰਟ ਹਾਰ ਜੋ ਉਸਤਾਦ ਜੀ ਇੱਕ ਬੰਦਾ ਪੈਰ ਤੇ ਲਾਉਂਦਾ ਮਸਾਜ ਦਾ ਖਿਆ ਤਨ ਉਹ ਮੈਂ ਸ਼ੇਵ ਵਾਲਾ ਫੋਮ ਲਾਇਆ ਵਾ ਤੇ ਉਹ ਮੈਂ ਕਰੀਮ ਸਮਝਣ ਡਿਆ ਵਾਂ ਠਹਿਰ ਜਾ ਕੇ ਮਿੰਟ ਦੇਣ ਦਿਓ ਤੁਸੀਂ ਸਾਜੀ ਤੁਸੀਂ ਵੀ ਸਾਜੀ ਟੱਕ ਲੱਗ ਜਾਣਾ ਜੇ ਬਿੱਠੇ ਤੇਰੇ ਕੋਲ ਖੜਿਆ ਨਹੀਂ ਜਾ ਰਿਹਾ ਤੁਸੀਂ ਸ਼ੁਰੂ ਹੋ ਗਏ ਪਹਿਲੇ ਪੈਪ ਤੇ ਲਵਾ ਲਓ ਪਾਣੀ ਵਾਲਾ ਉਹ ਕੀ ਕਰਨਾ ਓਏ ਓਏ ਤੇਰੀ ਨਾ ਤੈਨੂੰ ਮੈਂ ਕਹਿ ਰਿਹਾ ਚੁੱਪ ਕਰਕੇ ਬਹਿ ਬਾਬਾ ਵੱਡਾ ਆਇਆ ਤੂੰ ਕਿਤੇ ਅਸੀਂ ਤਾਂ ਇੱਕ ਬਹਿ 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 ਹੱਥ ਕਰ ਹੱਥ ਕਰ ਹੈਂ ਸਮਝ ਲੈ ਬੜਾ ਤੇਜ਼ ਪੈਸਾ ਜੂ ਉਹ ਜੂ ਐਦਾ ਸਾਫ਼ ਕਰ ਰਿਹਾ ਸਾਫ਼ ਕਰ ਰਿਹਾ ਸਾਫ਼ ਕਰ ਆ ਕਰ ਆ ਹਿੱਲਣਾ ਨਹੀਂ ਇੱਥੇ ਇੱਥੇ ਰੱਖ ਬਸ ਓਕੇ ਓਕੇ ਓਹੋ ਬਾਅਦ 'ਚ ਮੈਂ ਬਾਅਦ 'ਚ ਤੋਂ ਟਕੋਰ ਵੀ ਕਰਨੀ ਸੀ ਆ ਜਾਓ ਬਾਕੀ 5 ਤਰੀਕ ਨੂੰ 5 ਤਰੀਕ ਨੂੰ ਰਾਤ ਨੂੰ 8 ਵਜੇ ਆਪਾਂ ਇੱਥੇ ਆਉਣਾ ਠੀਕ ਆ ਜੀ ਹਾਂ ਤੂੰ ਮੇਰਾ ਮਸਾਜ ਕਰੀ 5 ਤਰੀਕ ਨੂੰ ਰਾਤ ਅਤੇ 5 ਤਰੀਕ ਨੂੰ ਪ੍ਰੋਪਰ ਮੈਂ ਤੇਰੀ ਕਟਿੰਗ ਵੀ ਕਰਾਂਗਾ ਤੇਰੀ ਨਸਲ ਵੀ ਪੁੱਛਾਂਗਾ ਮੈਂ ਕਟਿੰਗ ਖੱਤ ਸ਼ੇਵ ਕਾਰੀਗਰ ਉਹ ਮੈਂ ਕਰਾਂਗਾ ਸਾਰਾ ਕੁਛ ਕਰਾਂਗਾ ਮੈਂ ਆ ਜਾਓ ਨਾਲ ਇੱਥੇ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਤੁਸੀਂ ਵੀ ਆਉਣਾ ਲਾਜ਼ਮੀ ਨਾਲ ਲਾਜ਼ਮੀ ਆਉਣਾ ਸ਼ੁਗਰ ਮੇਲਾ ਕਰਾਂਗੇ ਇੱਥੇ ਨਾਲ ਚਾਹ ਵੀ ਪੀਵਾਂਗੇ ਓਕੇ ਜੀ ਸਰ ਯਾਰ ਬਹੁਤ ਸਸਤਾ ਮਤਲਬ ਕਿ ਬਹੁਤ ਕੋਈ ਐਡਾ ਨਹੀਂ ਹੈਗਾ 10 ਦਿਰਮ ਦੀ ਕਟਿੰਗ ਅਤੇ 5 ਦਿਰਮ 10 ਦਿਰਮ 15 ਦਿਰਮ ਬਸ ਇਹਦੇ ਵਿੱਚ ਆ ਮੈਂ ਥੋੜ੍ਹੇ ਦਿਨ ਪਹਿਲੇ ਉੱਥੇ ਡੇਰਾ ਦੇ ਜਿੱਥੋਂ ਉਹ ਸਾਹਮਣੇ ਕੋਈ ਹੈਗਾ ਜੀ ਫਲ ਪੀਨੀਆਂ ਦਾ ਮੈਂ ਉੱਥੇ ਗਿਆ ਮੈਂ ਕਿਹਾ ਜੀ ਕਲਰ ਕਿੰਨੇ ਪੈਸੇ ਉਹਨੇ ਕਿਹਾ ਜੀ 200 ਦਿਰਮ ਇਕੱਲੇ ਕਲਰ ਦਾ ਅਸੀਂ ਉੱਠ ਕੇ ਆਰਾਮ ਦੇ ਨਾਲ ਬਾਹਰ ਆ ਗਏ ਵਾਹ ਗੁੱਡ ਚਲੋ ਜੀ ਨਾਦਰੇ 5 ਤਰੀਕ ਨੂੰ ਰਾਤ ਨੂੰ 8 ਵਜੇ ਇਫਤਤਾਹ ਵੀ ਕਰਾਂਗੇ ਔਰ ਇੱਥੇ ਥੋੜ੍ਹਾ ਚਿਲ ਵੀ ਕਰਾਂਗੇ ਔਰ ਤੁਸੀਂ ਜ਼ਰੂਰ ਇੱਥੇ ਆਉਣਾ ਔਰ ਮੇਰੇ ਤੋਂ ਇਲਾਵਾ ਵੀ ਪ੍ਰੋਗਰਾਮ ਤੋਂ ਇਲਾਵਾ ਵੀ ਯਾਨੀ ਤੁਸੀਂ ਇੱਥੇ ਆਓ ਔਰ ਤੁਹਾਡਾ ਬਹੁਤ ਪਿਆਰ ਮੁਹੱਬਤ ਹੋਏਗੀ ਔਰ ਮੁਨਾਸਬ ਪੈਸਿਆਂ ਦੇ ਵਿੱਚ ਕਟਿੰਗ ਸ਼ੇਵ ਕਲਰ ਯੇ ਵੋ ਹਰ ਚੀਜ਼ ਤੁਹਾਡੀ ਓਕੇ ਹੋਏਗੀ ਸਰ ਬਹੁਤ ਸ਼ੁਕਰੀਆ ਥੈਂਕ ਯੂ ਠੀਕ ਹੋ ਗਿਆ ਸਰ ਕੀ ਨਾਂ ਸੀ ਤੁਹਾਡਾ ਤਾਰਿਕ ਤਾਰਿਕ ਮਹਿਮੂਦ ਭਾਈ ਤਾਰਿਕ ਮਹਿਮੂਦ ਸਾਹਿਬ ਬਹੁਤ ਸ਼ੁਕਰੀਆ ਇਨਸ਼ਾਅੱਲਾ ਹੁਣ ਅਸੀਂ 5 ਨੂੰ ਆਵਾਂਗੇ ਜੀ ਜੀ ਅਤੇ ਚਾਹ ਨਹੀਂ ਮਿਲਦੀ ਇੱਥੋਂ ਕਿਤੋਂ ਚਾਹ ਵੀ ਹੋਏਗੀ 5 ਤਰੀਕ ਨੂੰ ਹੁਣ ਨਹੀਂ ਮਿਲਣੀ ਹੁਣ ਵੀ ਮਿਲੇਗੀ ਸਰ ਅਤੇ ਹੁਣ ਕਿਤੋਂ ਮਿਲਣੀ ਹੈ ਆਪਾਂ ਵੀਡੀਓ ਵਾਈਂਡ ਅਪ ਕਰ ਲਈਏ ਫਿਰ ਚਾਹ ਪੀਨੇ ਸਕੂਨ ਨਾਲ ਵਾਈਂਡ ਅਪ ਕਰੋ ਫੌਰਨ ਕਰੋ ਕਰ ਦਿਓ ਵਾਈਂਡ ਅਪ ਕਰ ਦਿਓ ਜਲਦੀ